ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਰਸਾ ਵੈਲਕਮ, ਸਵਾਗਤ ਹੈ ਜੀ ਇਹਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸਾ ਕੀ ਹਾਲ ਚਾਲ, ਠੀਕ ਹੋ? ਬਿਲਕੁਲ ਠੀਕ ਹੈ ਜੀ। ਸ਼੍ਰੋਮਣੀ ਕਮੇਟੀ ਨੂੰ ਸੂਚਨਾ ਤੇ ਪ੍ਰਸਾਰਣ ਮਾਮਲਿਆਂ ਦੇ ਮੰਤਰਾਲੇ ਨੇ ਜਿਹੜੀ ਸੈਟੇਲਾਈਟ ਚੈਨਲ ਦੀ ਮੈਂ ਪੜ੍ਹ ਰਿਹਾ ਸੀ ਖਬਰ, ਪਹਿਲਾਂ ਮੇਰੇ ਕੋਲ ਗਲਤੀ ਲੱਗ ਗਈ ਸੀ, ਸ਼ੁਰੂ ਕਰਨ ਦੀ ਨਹੀਂ ਦਿੱਤੀ ਪ੍ਰਵਾਨਗੀ। ਨਾ ਕਰਤੀ ਹੈ ਜਾਂ ਕੋਈ ਕਾਰਨ ਦੱਸਿਆ ਜਾਂ ਅਜੇ ਫਾਈਲ ਪ੍ਰੋਪਰ ਪੜ੍ਹੀ ਨਹੀਂ ਗਈ ਕਿ ਰੁਕੀ ਹੋਈ ਹੈ? ਵਫਦ ਨੇ ਪਹਿਲਾਂ ਮੰਤਰੀ ਅਤੇ ਫਿਰ ਸਕੱਤਰ ਨਾਲ ਕੀਤੀ ਗੱਲਬਾਤ, ਕੀ ਕਾਰਨ ਦੱਸਿਆ ਗਿਆ ਜੇ ਨਹੀਂ ਦਿੱਤੀ ਮਨਜ਼ੂਰੀ? ਤੇ ਵੇਖੋ ਚਾਵਲਾ ਸਾਹਿਬ, ਜਿਹੜਾ ਇਹ ਸੈਟੇਲਾਈਟ ਹੈ ਨਾ, ਇਹਦੀ ਟੀਮ ਦੇ ਵਿੱਚ ਬਕਾਇਦਾ ਤੌਰ ਤੇ ਟੈਕਨੀਕਲ ਬੰਦੇ ਸ਼ਾਮਲ ਹੋਣੇ ਚਾਹੀਦੇ ਜਿਹੜੇ ਇਸ ਖੇਤਰ ਨੂੰ ਜਾਣਦੇ ਹੋਣ। ਜਿਹੜੇ ਜਾਣਦੇ ਹੀ ਨਹੀਂ, ਤੁਸੀਂ ਉਹ ਪਾਓਗੇ ਤੇ ਫਿਰ ਟੈਕਨੀਕਲ ਪ੍ਰੋਬਲਮ ਤੇ ਆਉਣਗੀਆਂ ਆਉਣਗੀ। ਇਹਦੇ ਵਿੱਚ ਰਜਿੰਦਰ ਸਿੰਘ ਮਹਿਤਾ ਕੋਈ ਟੈਕਨੀਕਲ ਨਹੀਂ, ਇਹਦੇ ਵਿੱਚ ਬਕਾਇਦਾ ਤੌਰ ਤੇ ਸੁਰਜੀਤ ਸਿੰਘ ਭਿੱਟੇਵੜ ਕੋਈ ਟੈਕਨੀਕਲ ਨਹੀਂ, ਇਹਦੇ ਵਿੱਚ ਇੱਕ ਹੋਰ ਮੈਂਬਰ ਹੈ ਸ਼ਾਇਦ ਕੁਲਵੰਤ ਸਿੰਘ, ਨਾ ਉਹਦਾ ਕੋਈ ਟੈਕਨੀਕਲ ਨਹੀਂ। ਸ਼ਹਿਬਾਜ ਸਿੰਘ ਮੀਤ ਸਕੱਤਰ ਆ, ਕੋਈ ਟੈਕਨੀਕਲ ਨਹੀਂ। ਜਿੰਨਾ ਚਿਰ ਤੁਸੀਂ ਉਹਨਾਂ ਬੰਦਿਆਂ ਦੇ ਟੈਕਨੀਕਲ ਨੂੰ ਨਹੀਂ ਸ਼ਾਮਿਲ ਹੋਵੋਗੇ, ਉਹਨਾਂ ਚਿਰ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਰਹਿਣੀ ਰਹਿਣੀ। ਪਹਿਲਾਂ ਵੀ ਜਾ ਕੇ ਇਹਨਾਂ ਮੰਤਰਾਲੇ ਨਾਲ ਗੱਲਬਾਤ ਕੀਤੀ, ਫਾਈਲ ਦਿੱਤੀ ਤੇ ਮੰਤਰੀ ਨੇ ਮੱਥੇ ਨੂੰ ਹੱਥ ਲਾ ਕੇ ਕਿਹਾ ਸ਼ੁਕਰ ਆ ਵੀ ਸ਼੍ਰੋਮਣੀ ਕਮੇਟੀ ਦੇ ਦਰਬਾਰ ਸਾਹਿਬ ਦੀ ਮੈਨੂੰ ਕੋਈ ਸੇਵਾ ਮਿਲੀ। ਸਕੱਤਰ ਨੇ ਵੀ ਇਹੋ ਕਿਹਾ। ਹੁਣ ਜੇ ਤੁਸੀਂ ਉਹਦੇ ਕਾਗਜ਼ ਨਹੀਂ ਪੂਰੇ ਕਰੋਗੇ ਤੇ ਉਹਨਾਂ ਆਪਣੇ ਘਰੋਂ ਥੋੜੀ ਪੂਰੇ ਕਰਨੇ। ਬਿਲਕੁਲ ਸਹੀ ਕਿਹਾ ਤੁਸੀਂ। ਹੁਣ ਤੁਸੀਂ ਕਹਿ ਜੇ ਕੁਝ ਤਰੁੱਟੀਆਂ ਰਹਿ ਗਈਆਂ ਨੇ, ਤਰੁੱਟੀਆਂ ਕਿਉਂ ਰਹਿ ਗਈਆਂ? ਉਹਦਾ ਕਾਰਨ ਇਹ ਵੀ ਟੈਕਨੀਕਲ ਬੰਦਾ ਨਹੀਂ, ਅਸੀਂ ਇਹ ਸੋਚਦੇ ਸੀਗੇ ਵੀ ਇਹਨਾਂ ਨੂੰ ਵਿਦ ਇਨ ਏ ਵੀਕ ਜਿਹੜੀ ਆ ਕੇਂਦਰ ਜਿਹੜੀ ਉਹ ਆਜ਼ਾਦ ਦੇ ਦੇਵੇ। ਹੁਣ ਇਹ ਕਹਿੰਦੇ ਜੀ ਉਹ ਧਾਰਮਿਕ ਅਦਾਰਾ ਹੋਣ ਕਰਕੇ ਨਹੀਂ ਦੇ ਰਹੇ ਜੀ। ਐਸ ਜੀ ਜਿਹੜੀ ਤੁਹਾਡਾ ਪੀ ਟੀ ਸੀ ਆ ਉਹ ਧਾਰਮਿਕ ਅਦਾਰਾ ਰਲੇ ਨਹੀਂ ਕਰ ਰਿਹਾ। ਬਿਲਕੁਲ, 24 ਘੰਟੇ ਉਹਦੇ ਤੇ ਬੈਂਕ ਲੱਗਾ ਹੁਣ ਤੱਕ। ਬਿਲਕੁਲ, ਉਹਦੇ ਬੈਂਕ ਤੇ ਲੱਗਾ ਹੁਣ। ਪੱਟੀ ਸਾਹਿਬ ਇੱਕ ਮਿੰਟ, ਸੋਰੀ ਟੂ ਸਟਾਪ ਯੂ। ਇਹ ਜਾਣ ਬੁੱਝ ਕੇ ਤੁਰਟੀਆਂ ਨਹੀਂ ਛੱਡੀਆਂ ਜਾ ਸਕਦੀਆਂ, ਛੱਡੀਆਂ ਗਈਆਂ ਨੇ। ਇੱਕ ਮੁੱਦਾ ਬਣਾ ਲਈਏ ਸ਼੍ਰੋਮਣੀ ਅਕਾਲੀ ਦਲ ਇੱਕ ਮੁੱਦਾ ਬਣਾ ਲਵੇ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮੁੱਦਾ ਬਣਾ ਲਵੇ ਕਿ ਸਿੱਖਾਂ ਦੇ ਨਾਲ ਵੇਖੋ ਜੀ ਮਤਰਈ ਮਾਮਲਾ ਸ਼ੁਰੂ ਕਰ ਰਹੇ ਨੇ। ਪਲੀਜ਼ ਕੰਟੀਨਿਊ। ਜੀ, ਮੈਂ ਇਹ ਜਿਹੜਾ ਇਹਦੀ ਗੱਲ ਤੁਸੀਂ ਕਹੀ ਮੈਂ ਨਹੀਂ ਸੀ ਕਹਿਣਾ ਚਾਹੁੰਦਾ, ਮੈਂ ਕਿਹਾ ਸਾਡੇ ਸਰੋਤੇ ਕਹਿਣ, ਉਹ ਕਹਿਣ ਵੀ ਇਹ ਗੱਲ ਹੋ ਸਕਦੀ ਹੈ, ਉਹਨਾਂ ਤੇ ਛੱਡੀ ਸੀ ਗੱਲ। ਚਲੋ ਤੁਸੀਂ ਕਹਿਤਾ, ਕੋਈ ਗੱਲ ਨਹੀਂ, ਬਹੁਤ ਵਧੀਆ ਕੀਤਾ ਤੁਸੀਂ। ਹੁਣ ਜੇ ਉਹਦੇ ਟੈਕਨੀਕਲ ਪ੍ਰੋਬਲਮ ਤਰੁੱਟੀਆਂ ਰਹਿ ਗਈਆਂ ਤੇ ਪੂਰੀਆਂ ਕਰ ਦਿਓ। ਬਿਲਕੁਲ, ਪੂਰੀਆਂ ਕਰਨ ਤੋਂ ਬਾਅਦ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਉਹ ਸੈਟੇਲਾਈਟ ਚੱਲਣ ਦੀ ਮਨਜ਼ੂਰੀ ਦੇਣ ਲਈ ਤਿਆਰ ਨੇ ਜੀ। ਦਰਬਾਰ ਸਾਹਿਬ ਨੂੰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਪ੍ਰਕਾਰ ਦੀ ਕੋਈ ਨਾ ਨਹੀਂ ਹੋਵੇ ਜੀ। ਚਾਵਲਾ ਸਾਹਿਬ ਥੋੜ੍ਹਾ ਜਿਹਾ ਪਿੱਛੇ ਜਾਂਦੇ ਆਪਾਂ ਜੀ। GST ਲਾਇਆ, ਕੁਛ ਮੰਦਰਾਂ ਨੂੰ ਮਾਫ਼ ਕੀਤਾ, ਦਰਬਾਰ ਸਾਹਿਬ ਨੂੰ ਲਾਤਾ। ਆਪਾਂ ਉਦੋਂ ਵੀ ਇੰਨੀ ਗੱਲ ਕਹੀ ਸੀ ਵੀ ਜੇ GST ਲਾਤਾ ਚੁੱਪ ਰਹੋ, ਕਹਿ ਦਿਓ ਵੀ ਸਰਕਾਰ ਨੇ GST ਲੰਗਰ ਤੇ ਲਾਇਆ। ਬਾਰ ਬਾਰ ਕਹੋ ਤੁਸੀਂ, ਸਰਕਾਰ ਮੰਗੀ ਚੰਗੀ ਤਰ੍ਹਾਂ ਹੋਵੇ। ਇਹਨਾਂ ਨੇ ਪਲੀ ਉਹ ਲੰਗਰ ਤੇ ਜਿਹੜਾ GST ਮਾਫ਼ੀ ਦੀ ਗੱਲ ਨਹੀਂ ਕੀਤੀ, ਰਿਫੰਡ ਦੀ ਗੱਲ ਕੀਤੀ। ਤੇ ਰਿਫੰਡ ਚ ਆਪਾਂ ਕੀ ਕਿਹਾ ਸੀਗਾ? ਆਪਾਂ ਕਿਹਾ ਸੀ ਅੱਜ ਤੋਂ 100 ਸਾਲ ਬਾਅਦ ਉਹ ਕਹਿਣਗੇ ਸਾਡੀ ਸਰਕਾਰ ਆਈ ਸੀ ਤੇ ਲੰਗਰ ਸਾਡੀ ਸਰਕਾਰ ਦੇ ਪੈਸੇ ਚੱਲਦਾ। ਬਸ ਹੁਣ ਹੋ ਰਿਹਾ ਨਾ, ਹੋ ਰਿਹਾ। ਮੈਂ ਉਹਦੀ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਬਿਲਕੁਲ, ਜਿਹੜੀ ਟੂਰਿਸਟ ਏਰੀਆ ਉਹਦੇ ਵਿੱਚ ਲਿਖਿਆ ਗਿਆ ਵਾ ਵੀ ਜਿਹੜਾ ਦੁਰਗਿਆਨਾ ਮੰਦਿਰ ਉਹ 500 ਸਾਲ ਤੋਂ ਵੱਧ ਪੁਰਾਣਾ, ਜਦੋਂ ਕਿ ਉਹ ਸਿਰਫ 100 ਜਾਂ 110 ਸਾਲ ਹੋਏ। ਅਸੀਂ 500 ਸਾਲ ਕਹਿ ਕੇ ਤੇ ਉਹਦੀ ਸੁਧਾਰ ਨਹੀਂ ਕਰਾ ਸਕੇ? ਨਹੀਂ ਵੀ ਉਹ ਇੰਨਾ ਪੁਰਾਣਾ ਨਹੀਂ, ਦਰਬਾਰ ਵੀ ਇੰਨਾ ਪੁਰਾਣਾ ਉਹ ਨਹੀਂ ਲਿਖਾ ਅਜੇ ਤੱਕ। ਅਸੀਂ 2 ਵਾਰੀ ਇਹਨਾਂ ਨੂੰ ਕੱਢ ਕੇ ਲਿਖ ਕੇ ਦੇ ਕੇ ਆਏ ਭਾਈ ਆਹ ਕਰੋ, ਪਰ ਉਹ ਨਹੀਂ ਕਰਨਾ। ਤੀਸਰੀ ਚੀਜ਼ ਜਿਹੜੀ ਜਦੋਂ ਹੋਇਆ ਸੀ ਸਾਡਾ ਉਹ ਆਪਣੇ ਦਾ ਅਯੁੱਧਿਆ ਦਾ ਮਾਮਲਾ, ਉਹਦੇ ਵਿੱਚ ਕਰਜਿੰਦਰ ਸਿੰਘ ਨੇ ਜਾ ਕੇ ਕਿਹਾ ਜੀ ਮੈਂ ਇਤਿਹਾਸ ਪੜ੍ਹਿਆ ਵਾ, ਸਿੱਖ ਧਰਮ ਕਲਟ ਇੱਕ ਸਮੁਦਾਇਕ ਧਰਮ ਨਹੀਂ,
ਅੱਜ ਤੱਕ ਸ਼੍ਰੋਮਣੀ ਕਮੇਟੀ ਕਹਿ ਚੁੱਕੀ ਹੈ ਵੀ ਇਹ ਗਲਤ ਹੱਲ ਇੱਕ ਸੁਧਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਇਹ ਕੌਣ ਕਰੂਗਾ ਕਿੰਨੇ ਕਰਾਉਣਾ ਰਿਸਪੋਂਸੀਬਿਲਟੀ ਸ਼੍ਰੋਮਣੀ ਕਮੇਟੀ ਦੇ ਬਣਦੀ ਹੁਣ ਵੇਖੋ ਆਹ ਚਾਰ ਮੈਂਬਰੀ ਕਮੇਟੀ ਬਣਾਈ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਉੱਥੇ ਜਾ ਕੇ ਅੰਗਰੇਜ਼ੀ 'ਚ ਗੱਲ ਕਰਨ ਵਾਲਾ ਜਿਹੜਾ ਬੰਦਾ ਕੋਈ ਮਾੜਾ ਮੋਟਾ ਧਰਾਵਾਂ ਜਾਣਦਾ ਸੀ ਪ੍ਰਧਾਨ ਸ਼੍ਰੋਮਣੀ ਕਮੇਟੀ ਉਹਦਾ ਨਾਂ ਨਹੀਂ ਪਾਏਗਾ ਉਹਨੂੰ ਨਾਲ ਨਹੀਂ ਲੈ ਕੇ ਘੱਟੋ ਘੱਟ ਐਡਵੋਕੇਟ ਤੇ ਹੈਗਾ ਨਾ ਉਹ ਗੱਲ ਤੇ ਕਰ ਸਕਦਾ ਨਾ ਅੰਗਰੇਜ਼ੀ ਬੋਲ ਸਕਦਾ ਵਾ ਜਿਹੜੇ ਉੱਥੇ IAS ਅਫਸਰ ਬੈਠੇ ਆ ਉਹ ਅੰਗਰੇਜ਼ੀ ਤੋਂ ਘੱਟ ਗੱਲ ਨਹੀਂ ਕਰਦੇ ਹਿੰਦੀ ਵੀ ਜਿਹੜੇ ਤੁਹਾਡੇ ਤਾਮਿਲਨਾਡੂ ਤੋਂ ਆਉਂਦੇ ਆ ਕੇਰਲਾ ਤੋਂ ਆਉਂਦੇ ਉਹਨੂੰ ਅੱਧੀ ਪਚੱਦੀ ਆਉਂਦੀ ਪੂਰੀ ਨਹੀਂ ਆਉਂਦੀ ਉਹਨਾਂ ਇਸ ਕਰਕੇ ਇਸ ਕਮੇਟੀ ਵਿੱਚ ਟੈਕਨੀਕਲ ਬੰਦਿਆਂ ਦੀ ਘਾਟ ਕਰਕੇ ਪ੍ਰੋਬਲਮ ਆਈ ਹੈ ਤੇ ਗਾਂ ਵੀ ਆਉਣੀ ਆ ਤੇ ਮੈਂ ਨਹੀਂ ਕਹਿੰਦਾ ਇਹ ਗੱਲ ਲੋਕ ਕਹਿਣਗੇ ਕਿ ਸਿਰਫ ਪੀਟੀਸ਼ਨ ਨੂੰ ਜਾਰੀ ਰੱਖਣ ਵਾਸਤੇ ਜਿਹੜੀਆਂ ਬਿਲਕੁਲ 100% ਤੁਸੀਂ ਜਿਹੜੀ ਗੱਲ ਕਹਿਤੀ ਕਹਿਣੀ ਸੀ ਉਹ ਕਹਿ ਦਿੱਤੀ ਆ ਪਾਟੀ ਸਾਹਿਬ ਮੈਂ ਵੀ ਕਹਿ ਦਿੱਤੀ ਆ ਜੇ ਤੁਸੀਂ 4-5 ਲੱਖ ਦਾ ਗੁਰੂ ਦੀ ਗੋਲਕ ਤੇ ਇੱਕ ਸੋ ਕਾਲ ਲਿਆ ਕੇ ਪਤਾ ਨਹੀਂ ਕੀ ਸੀਗਾ ਮੈਨੇਜਰ ਬਿਠਾਇਆ ਸੀ ਜਾਂ ਕੌਣ ਬਣਾਇਆ ਸੀਗਾ 5 ਲੱਖ ਰੁਪਏ ਦੀ ਗੁਰੂ ਦੀ ਗੋਲਕ ਦੇ ਮਹੀਨੇ 'ਤੇ ਉਹ ਬਿਠਾ ਸਕਦੇ ਹੋ ਅਤੇ ਟੈਕਨੀਕਲੀ ਟੀਮ ਫਿਰ ਤੁਸੀਂ ਕਹਿੰਦੇ ਨੇ ਧੂਤਾ ਲਫਜ਼ ਨਾ ਵਰਤੋ ਹਾਂਜੀ ਇਹ ਜਿਹੜੇ ਨਾਂ ਤੁਸੀਂ ਲਏ ਨੇ ਸਤਿਕਾਰਯੋਗ ਹੋ ਸਕਦੇ ਨੇ ਤੁਸੀਂ ਜਿਹੜੇ ਅਹੁਦੇ 'ਤੇ ਹੋ ਤੁਸੀਂ ਅਹੁਦੇ 'ਤੇ ਬੈਠੇ ਰਹੋ ਕਰੋ ਆਪਣਾ ਕੰਮ ਕਰੋ ਸੇਵਾ ਬਟ ਜਿਹੜਾ ਕੰਮ ਕੌਮ ਦਾ ਉਹ ਕਿਤੇ ਤੇ ਸੁਹਿਰਦ ਹੋ ਜਾਓ ਯਾਰ ਬਿਲਕੁਲ ਕਿਤੇ ਤੇ ਸੁਹਿਰਤਾ ਦਿਖਾ ਦਿਓ ਕੌਮ ਦੀ ਮਤਲਬ ਕੌਮ ਪ੍ਰਤੀ ਕਿਤੇ ਤੇ ਮੈਂ ਹੁਣ ਮੇਰੇ ਮੂੰਹ ਚੋਂ ਵੱਡੀ ਸਾਰੀ ਉਹ ਨਿਕਲ ਲੱਗੀ ਸੀਗੀ ਕਿਤੇ ਤੇ ਮਰ ਜਾਓ ਸ਼ਰਮ ਕਰ ਲਓ ਥੋੜ੍ਹੀ ਬਹੁਤੀ ਕਿ ਬਿਲਕੁਲ ਹੀ ਵੇਚ ਕੇ ਖਾ ਗਏ ਹੋ ਜਣਾ ਖਣਾ ਉੱਥੇ ਸੈਟੇਲਾਈਟ ਦੇ ਚੈਨਲ ਚਲਾਈ ਫਿਰਦਾ ਤੇ ਤੁਹਾਨੂੰ ਕੀ ਆ 5 ਲੱਖ ਦੀ ਗੁਰੂ ਦੀ ਗੋਲਕ ਤੇ ਇੱਕ ਮੈਨੇਜਰ ਬਿਠਾ ਦਿੱਤਾ ਤੇ 5 ਲੱਖ ਰੁਪਇਆ ਟੈਕਨੀਕਲੀ ਕੀ ਟੀਮ ਨੂੰ ਨਹੀਂ ਦੇ ਕੇ ਫਾਈਲ ਬਣਾ ਸਕਦੇ ਤੁਸੀਂ ਹੋ ਸਕਦਾ ਜੇ ਟੈਕਨੀਕਲੀ ਤੁਸੀਂ ਸੇਵਾਵਾਂ ਮੰਗੋ ਤੇ ਗੁਰੂ ਘਰ ਦੇ ਜਿਹੜੇ ਸੋ ਕਾਲ ਸਾਇਲੈਂਟ ਸਿੱਖ ਦਰਦ ਰੱਖਣ ਵਾਲੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹਿੰਦੂ ਭਾਈਚਾਰੇ ਦੇ ਵੀਰ ਵੀ ਹੋ ਸਕਦੇ ਆ ਮੁਸਲਮਾਨ ਵੀ ਹੋ ਸਕਦੇ ਆ ਈਸਾਈ ਵੀ ਹੋ ਸਕਦੇ ਉਹਨੂੰ ਕਿਉਂਕਿ ਇਹਦੀ ਟੈਕਨੀਕਲੀ ਸਾਨੂੰ ਟੀਮ ਸਪੋਰਟ ਚਾਹੀਦੀ ਆ ਆਪਣਾ ਆਪ ਪਛਾ ਦੇਣਗੇ ਪਰ ਮੌਕਾ ਤੇ ਦਿਓ ਤੁਸੀਂ ਮੌਕਾ ਦਿਓ ਇਤਿਹਾਸ ਦੇ ਵਿੱਚ ਤੁਹਾਡਾ ਨਾਂ ਜਿਹੜਾ ਪੜ੍ਹਿਆ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਿਆ ਜਾਣਾ ਹੁਣ ਤੁਸੀਂ ਇਹ ਲਿਖਾਉਣਾ ਕਿੱਧਰਲੇ ਪਾਸੇ ਆ ਉਹ ਤੁਸੀਂ ਦੇਖੋ ਲੋਕੀ ਬੇਵਕੂਫ ਨਹੀਂ ਹੈਗੇ ਵੀ ਤੁਸੀਂ ਕਹਿੰਦੇ ਕਿ ਤੁਰਟੀਆਂ ਰਹਿ ਗਈਆਂ ਟੈਕਨੀਕਲੀ ਟੁੱਟੀਆਂ ਰਹਿ ਗਈਆਂ ਫਾਈਲ ਤੁਸੀਂ ਪੜ੍ਹੇ ਲਿਖੇ ਕੋਈ ਬੰਦੇ ਨਹੀਂ ਉੱਥੇ ਮੈਨੇਜਰ ਬਿਠਾ ਦਿੱਤਾ ਤੁਸੀਂ ਲੈ ਕੇ 5 ਲੱਖ ਵਾਲਾ ਅਤੇ ਤੁਹਾਡੇ ਕੋਲ ਇਹਦਾ ਮਤਲਬ ਤੁਸੀਂ ਤੁਹਾਡੇ ਕੋਲ ਕੋਈ ਵੀ ਬੰਦਾ ਇੰਨਾ ਕੁਆਲੀਫਾਈਡ ਨਹੀਂ ਹੈਗਾ ਕਿ ਜਿਹੜਾ ਉਹਨੂੰ ਰੂਲ ਐਂਡ ਰੈਗੂਲੇਸ਼ਨ ਨੂੰ ਤੁਹਾਡੇ ਕੋਲ ਵਕੀਲ ਲਈ ਹਾਇਰ ਕੀਤਾ ਗਿਆ ਉੱਦਾਂ ਤਾਂ ਕੇਸ ਲੜਨ ਵਾਸਤੇ ਬੜੇ ਵੱਡੇ ਵਕੀਲ ਹਾਇਰ ਕਰ ਲੈਂਦੇ ਹੋ ਜਦੋਂ ਤੁਸੀਂ ਆਪਣਿਆਂ ਨੂੰ ਕੁੱਟਦੇ ਹੋ ਮਾਰਦੇ ਹੋ ਟੁੱਕਦੇ ਹੋ 9058131320905813120 ਗੋਆ ਵਿਚਲੀ 8 ਏਕੜ ਜ਼ਮੀਨ ਲੀਜ਼ ਤੇ ਲੈਣ ਦੇਣ ਦੇ ਮਾਮਲੇ ਵਿੱਚ ਇੱਕ ਸਾਬਕਾ ਅਤੇ ਇੱਕ ਮੌਜੂਦਾ IAS ਅਫਸਰਾਂ 'ਤੇ ਹੋ ਸਕਦੀ ਹੈ ਕਾਰਵਾਈ ਮਾਫ਼ ਕਰਨਾ ਵੈਸੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਇਸ ਚੀਜ਼ ਨੂੰ ਅਸੀਂ ਜ਼ਿਆਦਾ ਕਸੂਰਵਾਰ ਹਾਂ ਪੈਸਿਆਂ ਦੇ ਨਾਲ ਰੱਬ ਨੂੰ ਖਰੀਦਣਾ ਚਾਹੁੰਦੇ ਪਾਪੀ ਅਸੀਂ ਹਾਂ ਪੈਸਿਆਂ ਦੇ ਨਾਲ ਰੱਬ ਨੂੰ ਖਰੀਦਣਾ ਚਾਹੁੰਦੇ ਹਾਂ ਅਤੇ VVIP ਬਣ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦੇ ਹਾਂ ਜੇ ਕਿਤੇ ਕੌਮ ਕਿਤੇ 4-5 ਮਹੀਨੇ ਕਿਤੇ ਸੁਚੇਤ ਹੋ ਜਾਵੇ ਨਾ ਵੀ ਉੱਥੇ ਪੈਨੀਆਂ ਪੈਣ ਲੱਗ ਪੈਣ ਵੀ ਪੈਨੀਆਂ ਦੇ ਨਾਲ ਵੇਖੋ ਰੱਬ ਰੀਝਦਾ ਕਿ ਨਹੀਂ ਰੀਝਦਾ ਇਹ ਬੰਦੇ ਦੇ ਪੁੱਤ ਬਣ ਜਾਣਗੇ ਸਾਰੇ ਰੋਂਦੇ ਸੀ ਨਾ ਕੋਵਿਡ ਵੇਲੇ ਰੋਂਦੇ ਸੰਗਤਾਂ ਨੂੰ ਨਹੀਂ ਸੀ ਰੋਂਦੇ ਇਹ ਰੋਂਦੇ ਆਪਣੇ ਗੋਲਕਾਂ ਨੂੰ ਸੀ ਰੋਂਦੇ ਆਪਣੀਆਂ ਗੋਲਕਾਂ ਆਪਣੇ ਢਿੱਡਾਂ ਵਾਸਤੇ ਸੀ ਸੰਗਤ ਨੇ ਤਿਆਰ ਹੀ ਜਾਣਾ ਸੀ ਅੱਜ ਕੌਮ ਤੋਂ ਹਈਆ ਕਰ ਲਏ ਵੀ ਅਸੀਂ ਗੁਰੂ ਦੇ ਨਾਂ ਦੇ ਉੱਤੇ ਗੁਰੂ ਦੀ ਗੋਲਕ 'ਚ ਪੈਸਾ ਪਾਉਣ ਦੀ ਖਾਤਰ ਗੁਰੂ ਨੇ ਕਿਹਾ ਕਿਤੇ ਗੋਲਕ 'ਚ ਪੈਸਾ ਪਾਓ ਉਹ ਕਹਿੰਦਾ ਨਾਮ ਜਪਣਾ ਵੰਡ ਛਕਣਾ ਤੇ ਕਿਰਤ ਕਰਨੀ ਵੰਡ ਛਕਣ ਦੀ ਆ ਜੇ ਦਸਵੰਧ ਕੱਢਣਾ ਤੇ ਗਊ ਗਰੀਬ ਵਾਸਤੇ ਕੱਢਣਾ ਇਹਨਾਂ ਵਾਸਤੇ ਥੋੜ੍ਹੀ ਕੱਢਣਾ
ਬਿਲਕੁਲ ਅੱਜ ਬੜੇ ਦਸਵੰਦ ਕੱਢ ਕੇ ਬੜੇ ਹੋਰ ਕੰਮ ਹੋ ਸਕਦੇ ਨੇ, ਪਰ ਅਸੀਂ ਪਾਪੀ ਖੁਦ ਹਾਂ, ਖੁਦ ਡਰੇ ਹੋਏ ਹਾਂ, ਅਸੀਂ ਅੰਦਰ ਅੰਦਰੋਂ ਪਾਪੀ ਹਾਂ, ਤਾਂ ਕਰਕੇ ਅਸੀਂ ਮੱਥਾ ਟੇਕਦੇ ਹਾਂ। ਉਹ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ। ਅਸੀਂ 54 ਮੱਥਾ ਟੇਕ ਕੇ, 100 ਮੱਥਾ ਟੇਕ ਕੇ ਤੇ ਲੱਖਾਂ ਮੰਗਦੇ ਹੁੰਦੇ ਹਾਂ, ਗੁਰੂ ਥੋੜ੍ਹੀ ਮੰਗਦਾ, ਉਹ ਥੋੜ੍ਹੀ ਮੰਗਦਾ ਸਾਡੇ ਕੋਲ। ਅਤੇ ਜਿੱਦਣ ਕਿਤੇ ਇਹ ਲੋਕ ਸੁਚੇਤ ਹੋ ਗਏ ਤਾਂ ਵੇਖਿਓ ਹਾਂ ਤੁਹਾਡੀਆਂ ਟੈਕਨੀਕਲੀ ਫਾਈਲਾਂ ਸਹੀ ਹੁੰਦੀਆਂ ਕਿ ਨਹੀਂ ਹੁੰਦੀਆਂ, ਸਭ ਕੁਝ ਸਹੀ ਹੋ ਜਾਣਾ। ਸੁਚੇਤ ਵੀ ਹੋ, ਸਾਨੂੰ ਸਾਨੂੰ ਖੁਦ ਸੁਚੇਤ ਹੋਣ ਦੀ ਲੋੜ ਆ। ਅਸੀਂ ਤਾਂ ਖੁਦ ਗੁਰੂ ਦੇ ਗੁਲਾਮ ਬਣਨਾ ਸੀ ਅਤੇ ਇਹਨਾਂ ਦੇ ਇਹਨਾਂ ਦੇ ਗੁਲਾਮ ਬਣੇ ਹੋਏ ਹਾਂ ਜਿਹੜੇ ਕੌਮ ਨੂੰ ਵੇਚੀ ਜਾਂਦੇ ਨੇ। ਬਿਲਕੁਲ ਜੀ, ਗੋਆ ਦੇ ਵਿੱਚ ਜਿਹੜੀ ਆ 8 ਏਕੜ ਜ਼ਮੀਨ ਲੀਜ਼ 'ਤੇ ਦੇਣ ਦੇ ਮਾਮਲੇ ਵਿੱਚ ਸਾਬਕਾ ਅਤੇ ਇੱਕ ਮੌਜੂਦਾ IAS ਅਫਸਰ 'ਤੇ ਹੋ ਸਕਦੀ ਹੈ ਕਾਰਵਾਈ, ਵੈਸੇ ਖਬਰ ਕੱਲ੍ਹ ਦੀ ਸੀ, ਕੀ ਕਹਿਣਾ ਚਾਹੋਗੇ? ਵੈਸੇ ਚਾਵਲਾ ਸਾਹਿਬ, ਮਾਨ ਸਾਹਿਬ ਦਾ ਇਕਲ ਦਾ ਰਿਕਾਰਡ ਹੈਗਾ, ਆਹ ਜਿਹੜੇ ਔਗਰੇ ਬੈਠੇ ਨਾ, ਔਗਰੇ ਸਾਡੇ ਪੰਜਾਬ ਦੇ ਵਿੱਚ ਜਾਂ ਪੂਰੀ ਇੰਡੀਆ 'ਚ ਔਗਰੇ IAS ਅਫਸਰ, ਇਹ ਔਗਰੇ ਨੇ, ਇਹਨਾਂ ਢਿੱਡ ਨਹੀਂ ਭਰਦਾ। ਇਹਨਾਂ ਨੂੰ ਜੇ ਹੱਥ ਪਾਇਆ ਤੇ ਜਾਂ ਖੱਟਰ ਨੇ ਪਾਇਆ ਤੇ ਜਾਂ ਗਲੋਤ ਨੇ ਪਾਇਆ ਤੇ ਜਾਂ ਮਾਨ ਨੇ ਪਾਇਆ। ਗਲੋਤ ਨੇ ਆਪਣੀ ਐਂਟੀ ਜਿਹੜੀ ਕਰਪਸ਼ਨ ਬੋਰਡ ਬਿਊਰੋ ਆ, ਉਹਨੇ ਇਹ ਗੱਲ ਕਹਿਤੀ ਵੀ ਤੁਹਾਨੂੰ ਕਿਤੋਂ ਪਰਮਿਸ਼ਨ ਦੀ ਲੋੜ ਨੀ, ਜਿਹੜਾ ਠੋਕ ਕੇ ਰੱਖ ਦਿੱਤਾ। ਉਸੇ ਤਰ੍ਹਾਂ ਹੀ ਖੱਟਰ ਦੇ ਵਿੱਚ, ਹਰਿਆਣੇ ਦੇ ਵਿੱਚ 2 IAS ਅਫਸਰ ਬਕਾਇਦਾ ਤੌਰ ਤੇ ਕਰਪਸ਼ਨ ਦੇ ਕੇਸ ਗ੍ਰਿਫਤ ਕੀਤੇ ਆ ਐਂਟੀ ਕਰਪਸ਼ਨ ਬਿਊਰੋ ਨੇ, 2 IAS ਅਫਸਰ। ਬਾਕੀ ਹੁਣ ਸੀਮੇ ਪਏ, ਪਤਾ ਨੀ ਕਿਹਦੀ ਵਾਰੀ ਆ ਜਾਣੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਆ, ਹਾਂ ਪੰਜਾਬ ਦੇ ਢਿੱਲ ਜ਼ਰੂਰ ਆ। ਜਿਹੜੀ ਅਮਰੂਦਾਂ ਦੇ ਬਾਬਤਾ ਮਾਮਲਾ ਸੀ, ਤੁਸੀਂ ਪੈਸੇ ਜਮ੍ਹਾਂ ਕਰਾ ਲਓ ਨਾ IAS ਅਫਸਰਾਂ ਕੋਲ, ਉਹਨਾਂ ਦੇ ਕੇਸ ਹੀ ਦਰਜ ਕੀਤਾ। ਜੇ ਕੋਈ ਮਾੜਾ ਮੋਟਾ ਹੁੰਦਾ, ਤੁਸੀਂ ਕੁੱਟ ਕੁੱਟ ਕੇ ਉਹਦਾ ਸਰੀਰ ਵੀ ਸਜਾ ਦੇਣਾ ਸੀ ਤੇ ਬਕਾਇਦਾ ਤੌਰ ਤੇ ਰਿਕਵਰੀ ਵੀ ਕਰਨੀ ਸੀ ਤੇ ਬਾਕੀ ਜਾਂਦੀ ਖੋਲਣੀ ਸ਼ੁਰੂ। ਲੇਕਿਨ ਉਹ ਅਫਸਰ ਸਨ ਡਰਦਿਆਂ, ਕਿਉਂਕਿ ਉਹ ਵਿਲ ਪਾਵਰ ਹੁੰਦੀ ਹੈ, ਕਿਉਂ ਖੱਟਰ ਦਾ ਪਤਾ ਵੀ ਮੇਰੀ ਸੈਂਟਰ ਚ ਮੇਰੀ ਸਰਕਾਰ, ਇੱਥੇ ਮੇਰੀ ਸਰਕਾਰ, ਜੋ ਮੈਂ ਕਰਤਾ ਕਰਤਾ ਮੱਠੀ। ਹੁਣ ਇੱਥੇ ਕੀ ਆ, ਜਿਹੜੀ 8 ਏਕੜ ਤੋਂ ਉੱਪਰ ਜ਼ਮੀਨ ਹੈ ਸਾਡੀ ਉੱਥੇ ਗੋਆ ਦੇ ਵਿੱਚ, ਉਹ ਜ਼ਮੀਨ ਜਿਹੜੀ ਸੀ, ਜੋ ਚੰਨੀ ਸਾਹਿਬ ਟੂਰਿਜ਼ਮ ਮਿਨਿਸਟਰ ਹੁੰਦੇ ਸੀ ਨਾ, ਉਦੋਂ ਵੀ ਮਹਿਕਮਾ ਉਹਨਾਂ ਦੇ ਕੋਲ ਸੀ। ਜਦੋਂ ਉਹ ਮੁੱਖ ਮੰਤਰੀ ਬਣੇ, ਉਦੋਂ ਵੀ ਮਹਿਕਮਾ ਆਪਣੇ ਕੋਲ ਰੱਖਿਆ ਉਹਨਾਂ ਨੇ ਵੀ ਇਹ ਕਮਾਈ ਵਾਲਾ ਮਹਿਕਮਾ। ਅਸੀਂ ਨੀ ਕਹਿੰਦੇ ਉਹਨਾਂ ਕੋਈ ਰੈਫਰੀ ਕੀਤੀ, ਉਹ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਵੀ ਉਹ ਭਾਜੀ ਉੱਥੇ ਕੋਈ ਫਸਲ ਨੀ ਹੁੰਦੀ, ਕੁਛ ਨੀ ਹੁੰਦਾ। 1 ਲੱਖ ਦੇ ਕਰੀਬ, ਇੱਕ ਲੱਖ ਤੋਂ ਵੱਧ ਰੁਪਏ ਦੇ ਵਿੱਚ ਜਿਹੜੀ ਸੀ ਉਹ ਮਹੀਨੇ ਦੇ ਲੀਜ਼ ਦਿੱਤੀ ਜ਼ਮੀਨ 15 ਸਾਲ ਵਾਸਤੇ। ਐਗਰੀਮੈਂਟ ਕੀਤਾ, ਜਦੋਂ ਮਾਨ ਸਰਕਾਰ ਆਈ ਇਹਨਾਂ ਆ ਕੇ ਐਗਰੀਮੈਂਟ ਕੈਂਸਲ ਕਰ ਦਿੱਤਾ। ਉਹਦੇ ਵਿੱਚ ਮਾਨ ਸਰਕਾਰ ਕੀ ਕਹਿੰਦੀ ਆ ਵੀ 2 ਅਫਸਰ ਨੇ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਆ, ਉਹਦੇ ਵਿੱਚ 1 ਅਫਸਰ ਤੇ ਹੈਗਾ ਵਾ ਬੀਬੀ ਕਮਲਜੀਤ ਕੌਰ ਬਰਾੜ, ਇਹ ਅਜੇ ਨੌਕਰੀ ਚ। 1 ਹੈਗੇ ਨੇ ਸੰਜੇ ਕੁਮਾਰ, ਸੰਜੇ ਕੁਮਾਰ ਰਿਟਾਇਰ ਹੋ ਚੁੱਕੇ 2022 ਦੇ ਵਿੱਚ। 2022 ਦੇ ਵਿੱਚ ਰਿਟਾਇਰ ਹੋ ਜਾਏ, ਜਿਹੜਾ ਅਫਸਰ ਰਿਟਾਇਰ ਜਾਂਦਾ ਨਾ, 2 ਸਾਲ ਤੋਂ ਤੁਸੀਂ ਉਹਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਤੁਹਾਨੂੰ ਸਰਕਾਰ ਕੋਲ ਪਰਮਿਸ਼ਨ ਲੈਣੀ ਪਵੇਗੀ, ਤੇ ਬਕਾਇਦਾ ਤੋਂ ਜਿਹੜਾ ਮੌਜੂਦਾ ਵਾ ਉਹਦੇ ਕੋਲ ਲੈਣੀ ਲੈਣੀ ਆ। ਹੁਣ ਉਹਨੇ ਦੋਵਾਂ ਤੇ ਇਹ ਦੋਸ਼ ਲੱਗਦਾ ਵੀ ਉਹ ਜ਼ਮੀਨ ਜਿਹੜੀ ਲੀਜ਼ ਤੇ ਦਿੱਤੀ ਗਈ ਹੈ ਉਹਦੇ ਵਿੱਚ ਇਹਨਾਂ ਦਾ ਵੀ ਹੱਥ, ਸਸਤੇ ਰੇਟ ਤੇ ਦਿੱਤੀ ਗਈ। ਉੱਥੇ ਵਿਜੀਲੈਂਸ ਦੀ ਟੀਮ 2-3 ਵਾਰੀ ਜਾ ਕੇ ਆ ਕੇ ਉੱਥੇ ਜਾ ਕੇ ਉਹਨੇ ਪੂਰੀ ਸਰਵੇ ਕੀਤਾ, ਉਹਨੇ ਕਿਹਾ ਜੀ ਇਹ ਲੋਕ ਵੀ ਦੋਸ਼ੀ। ਹੁਣ ਇਹਨਾਂ ਦੋਵਾਂ ਦੀ ਪਰਮਿਸ਼ਨ ਲੈ ਕੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ। ਹੁਣ ਵੇਖੋ ਪਰਮਿਸ਼ਨ ਦਿੰਦੇ ਆ ਜਾਂ ਨਹੀਂ ਦਿੰਦੇ, ਕਿਉਂ ਨਾ ਤੇ ਅਜੇ ਤੱਕ ਪਰਮਿਸ਼ਨ ਦਿੱਤੀ ਆ। ਜਦੋਂ ਕੇਸ ਬਣਿਆ ਸੀ ਕਾਹਨ ਸਿੰਘ ਪੰਨੂ ਦੇ ਉੱਤੇ ਫਰੀ ਕਿਚਨ ਸਕੈਂਡਲ ਦਾ, ਉਹਦੇ ਦੇ ਵਿੱਚ ਸ਼ਾਮਿਲ ਸਰੀਸ਼ ਕੋ ਜਿਹੜਾ ਕੌਂਸਲ ਸੀ, ਉਹ ਇੱਕ ਜਿਹੜਾ ਸੀ ਆਪਣਾ ਹੈਗਾ ਸੀ ਉਹ ਕਰਨਵੀਰ ਸਿੱਧੂ, ਇਹ 3 ਫਸੇ ਸੀਗੇ। ਆਏ ਵੀ ਵਿਦੇਸ਼ਾਂ ਤੋਂ ਉਦੋਂ ਆਏ ਸੀ ਜਦੋਂ ਬੇਲ ਮਿਲ ਗਈ ਸੀ ਹਾਈਕੋਰਟ, ਉਂਝ ਰਾਏ ਵੀ ਨੀ ਸੀਗੇ, ਤਾਂ ਮਤਲਬ ਕਿਤੇ ਕਿਤੇ ਦੋਸ਼ੀ ਨੇ। ਉਹਨਾਂ ਖਿਲਾਫ਼ ਵੀ ਸਰਕਾਰ ਚੁੱਪ ਰਹੀ, ਕੋਈ ਕਾਰਵਾਈ ਨਹੀਂ ਕੀਤੀ। ਉਹਦੇ ਵਿੱਚ ਜੋ ਕਾਂਗਰਸ ਦੇ 2 ਅਕਾਲੀਆਂ ਦੇ ਜਿਹੜੇ ਸੀ ਮੰਤਰੀ ਫਸਦੇ ਸੀ, ਕੋਈ ਕਾਰਵਾਈ ਨਹੀਂ ਕੀਤੀ। ਅਮਰੂਦਾਂ ਦੇ ਬਾਗ ਦੇ ਵਿੱਚ ਕਰੋੜਾਂ ਰੁਪਏ ਦੀ ਹੇਰਾਫੇਰੀ ਹੋਈ, ਤੁਸੀਂ IAS ਅਫਸਰਾਂ ਕੋਲੋਂ ਪੈਸੇ ਜਮ੍ਹਾਂ ਕਰਾ ਲਏ, ਉਹਨਾਂ 'ਤੇ ਕਾਰਵਾਈ ਨਹੀਂ ਕੀਤੀ। ਹੁਣ ਆਹ 2 ਅਫਸਰ ਨੇ ਜਿਨ੍ਹਾਂ ਦੇ ਖਿਲਾਫ਼ ਵਿਜੀਲੈਂਸ ਦੇ ਪੂਰੇ ਡਾਕੂਮੈਂਟਸ ਲਾ ਕੇ ਫਾਈਲ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਆ ਵੀ ਇਹਨਾਂ 'ਤੇ ਕਾਰਵਾਈ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਦੇਖਦੇ ਹਾਂ ਮਾਨ ਸਾਹਿਬ ਦੀ ਜਿਹੜੀ ਆਪਣੀ ਪੋਲੀਟੀਕਲ ਵਿਲ, ਉਹ ਕਿੰਨੀ ਕੁ ਸਟਰੋਂਗ ਆ, ਉਹ ਇਜਾਜ਼ਤ ਦਿੰਦੇ ਆ ਜਾਂ ਨਹੀਂ ਦਿੰਦੇ।
65 ਬੱਚਿਆਂ ਦੀਆਂ ਮੌਤਾਂ ਹੋਈਆਂ ਸੀ ਉਜ਼ਬੇਕਿਸਤਾਨ ਦੇ ਵਿੱਚ। ਇਹ ਭਾਰਤ ਵੱਲੋਂ ਬਣਾਇਆ ਗਿਆ ਸੀ ਸਿਰਫ ਬੱਚਿਆਂ ਨੂੰ ਦੇਣ ਵਾਸਤੇ। ਉਸ ਜ਼ਹਿਰੀਲਾ ਸਿਰਫ ਬਣਾਉਣ ਵਾਲੀ ਕੰਪਨੀ ਨੂੰ ਦਵਾਈਆਂ ਬਣਾਉਣ ਦੀ ਫਿਰ ਤੋਂ ਇਜਾਜ਼ਤ ਦੇ ਦਿੱਤੀ ਗਈ ਹੈ। ਵੇਖੋ ਭਾਰਤ ਦੁਨੀਆ ਦੇ ਵਿੱਚ ਪੱਟੀ ਸਾਹਿਬ ਸੋਰੀ ਜੀ ਉਜ਼ਬੇਕਿਸਤਾਨ ਦੇ ਵਿੱਚ ਇਹ ਫਰਮ ਨੂੰ ਸਿਰਫ ਬਣਾਉਣ ਵਾਲੀਆਂ ਭਾਰਤ ਵਿੱਚ ਹੀ 65 ਬੱਚਿਆਂ ਮਤਲਬ 65 ਬੱਚਿਆਂ ਦੀ ਉਸ ਜਿਹੜੀ ਆ ਮੌਤਾਂ ਤੋਂ ਬਾਅਦ ਵੀ ਭਾਰਤ 'ਚ ਬਣਾਉਂਦੀ ਹੈ ਨਾ, ਸਿਰਫ ਤਿੰਨ ਭਾਰਤ 'ਚ ਬਣਾਉਣਾ, ਉਹਨੂੰ ਫਿਰ ਦਵਾਈਆਂ ਦੀ ਇਜਾਜ਼ਤ ਮਿਲ ਗਈ ਆ। ਇਹਦਾ ਮਤਲਬ ਇਹ ਕੰਪਨੀਆਂ ਕੋਲ ਇੰਨਾ ਕੁ ਪੈਸਾ ਹੈਗਾ ਕਿ ਇਹਨਾਂ ਕੋਲ ਟੈਕਨੀਕਲੀ ਟੀਮ ਹੈਗੀ ਆ, ਤੇ ਇੱਕ ਪੰਜਾਬ ਇੱਕ ਇੱਕ ਸਾਡੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਦੇ ਕੋਲ ਅਰਬਾਂ ਦਾ ਬਜਟ ਆ, ਉਹਨਾਂ ਕੋਲ ਟੈਕਨੀਕਲੀ ਟੀਮ ਹੈ ਨਹੀਂ। ਹੋਏ 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 ਹੋਏ, ਤੁਹਾਡੀ ਸੋਚ ਨੂੰ ਪੈ ਜਾਣ ਕੀੜੇ ਕਿਤੇ, ਤੁਹਾਡੀ ਸੋਚ ਕਿਤੇ ਬਰਬਾਦ ਹੋ ਜੇ, ਕੌਮ ਪ੍ਰਤੀ ਹੋ ਜੇ ਕਿਤੇ ਇਹੋ ਜਿਹਾ ਕੀੜਾ ਪਵੇ ਜਿਹੜਾ ਕੌਮ ਵਾਲੇ ਪਾਸੇ ਨੂੰ ਤੁਹਾਨੂੰ ਮੋੜ ਲਿਆਵੇ, ਤੁਹਾਡੇ ਕੋਲ ਟੈਕਨੀਕਲ ਟੀਮਾਂ ਦੀਆਂ ਹਿੜਾਂ ਆ ਜਾਣਗੀਆਂ, ਆਪ ਹੀ ਆ ਜਾਣਗੇ ਫ੍ਰੀ ਇਜਾਜ਼ਤ ਦੇ ਦਿਓ। ਤੁਸੀਂ ਵੀ ਸ਼ਾਮਲ ਹੋ, ਤੁਸੀਂ ਵੀ ਕਿਹਾ ਸੀ 2-4 ਕਰੋੜ ਲਾ ਕੇ ਕਰ ਦੇਗਾ, ਤੁਸੀਂ ਵੀ ਕਿਹਾ ਸੀ। ਮੈਂ ਕਹਿੰਦਾ ਮਿੰਟੋ ਮਿੰਟ ਹੀ ਲੋਕ ਇੱਥੇ, ਹੁਣ ਤੁਸੀਂ ਲਾਈਨ ਓਪਨ ਕਰ ਲਓ, ਸਾਇਲੈਂਟ ਨੇ ਸ਼ੀਏ ਲੈਣਾ, 2 ਮਿੰਟ ਵੇਖੋ ਤੁਸੀਂ ਨੇਰੀਆਂ ਲਿਆ ਦੇਣਗੇ। ਏਡੇ ਏਡੇ ਬੰਦੇ ਬੈਠੇ ਨੇ ਜਿਹੜੇ ਉੱਥੇ ਚੈਨਲ ਚਲਾਉਂਦੇ ਨੇ, ਉਹ ਬੰਦੇ ਹੀ ਨੇ, ਉਹ ਬੰਦੇ ਹੀ ਨੇ ਨਾ, ਹੋਰ ਉੱਥੇ ਮੈਂ ਕਿਸੇ ਚੈਨਲ ਨੂੰ ਪ੍ਰਮੋਟ ਕਿਉਂ ਕਰਾਂ, ਕਿੰਨੇ ਚੈਨਲ ਚੱਲਦੇ ਨੇ ਪੰਜਾਬੀ ਦੇ ਵਿੱਚ ਉੱਥੇ, ਉਹ ਬੰਦੇ ਹੀ ਨੇ। ਤੇ ਗੁਰਸਿੱਖਾਂ ਦੇ ਵਿੱਚ ਟੈਕਨੀਕਲੀ ਟੀਮ ਨਹੀਂ ਹੈਗੀ, ਵਾਹ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ, ਰੋਜ਼ ਅਰਦਾਸ ਕਰਦੇ, ਸੈਂਕੜੇ ਵਾਰੀ ਕਰਦੇ, ਸਵੇਰੇ ਸ਼ਾਮ ਕਰਦੇ ਦਰਬਾਰ ਸਾਹਿਬ ਦੇ ਵਿੱਚ, ਤੇ ਮੱਤ ਕਿਵੇਂ ਉੱਚੀ ਹੋਣੀ, ਟੈਕਨੀਕਲੀ ਟੀਮ ਕਿੱਥੋਂ ਲਿਆਉਣੀ ਇਹਨਾਂ ਨੇ, ਮੱਤ ਉੱਚੀ ਤਾਂ ਫੇਰ ਲਿਆਉਣਗੇ ਨਾ, ਇਹ ਮੱਤ ਉੱਚੀ ਵਾਲਾ ਕਿਤੇ ਕੀੜਾ ਇਹਨਾਂ ਦੇ ਦਿਮਾਗ 'ਚ ਵੜ ਜਾਵੇ ਕਿਤੇ, ਇਹਨਾਂ ਦਾ ਬੇੜਾ ਗਰਕ ਹੋਣ ਤੋਂ ਬਚ ਜਾਵੇ ਕਿਤੇ ਇਹਨਾਂ ਦੀ ਸੋਚ ਦਾ। ਹਾਂਜੀ ਦੇਖੋ, ਇੱਕ ਸਾਡੇ ਗੁਆਰਡ ਹਰਚਬਰਗ ਹੋਏ ਨੇ, ਵਿਦਵਾਨ ਹੋਏ ਨੇ, ਉਹਨਾਂ ਨੇ ਆਪਣੇ ਸਮੇਂ ਕਿਹਾ ਸੀ ਲੋਕਾਂ ਦੀ ਸਿਹਤ ਵੱਲ ਧਿਆਨ ਦੇਣਾ ਸਿਆਸਤ ਨਾਲੋਂ ਅਹਿਮ ਹੈ। ਬਿਲਕੁਲ, ਲੇਕਿਨ ਅੱਜ ਕੱਲ੍ਹ ਸਿਆਸਤ ਹੈਵੀ ਹੋਈ ਪਈ। ਉਜ਼ਬੇਕਿਸਤਾਨ ਦੇ ਵਿੱਚ 65 ਬੱਚਿਆਂ ਦੀ ਮੌਤ ਹੋਈ ਆ, ਉਸ ਤੋਂ ਬਾਅਦ ਜਾਂਬੀਆ 'ਚ ਹੋਈ ਸੀ, ਉੱਥੇ ਵੀ ਬੱਚਿਆਂ ਦੀ ਮੌਤ ਹੋਈ ਸੀ, ਇਹ ਸੀਰੇ ਪੀ ਕੇ ਇਹਦੇ ਵਿੱਚ ਰਸਾਇਣ ਇਹੋ ਜਿਹੇ ਪਾਏ ਸੀ ਜਿਹੜੇ ਜ਼ਹਿਰੀਲੇ। ਹੁਣ 65 ਬੱਚਿਆਂ ਦੀ ਮੌਤ ਤੋਂ ਬਾਅਦ ਜਿਹੜੀ ਉੱਤਰ ਪ੍ਰਦੇਸ਼ ਸੀ ਉਹ ਕੰਪਨੀ ਸੀ, ਤੁਸੀਂ ਉੱਥੇ ਰੋਕ ਲਾਤੀ ਵੀ ਕਿਸੇ ਪ੍ਰਕਾਰ ਦੀ ਦਵਾਈ ਨਹੀਂ ਬਣਾਉਂਦੇ। ਹੁਣ ਕੰਟਰੋਲਰ ਆਫ ਜਿਹੜੇ ਸਾਡੇ ਹੈਗੇ ਨੇ ਦਵਾਈਆਂ ਵਾਲੇ, ਡਰੱਗ ਕੰਟਰੋਲਰ, ਉਹਨਾਂ ਦਾ ਕੀ ਕਹਿਣਾ? ਸੂਬੇ ਦੇ ਡਰੱਗ ਕੰਟਰੋਲਰ ਕਹਿੰਦੇ ਆ ਵੀ ਜਿਹੜਾ ਉਹ ਸੀਰਪ ਬਣਾਉਂਦੀ ਸੀ ਉੱਥੇ ਰੋਕ ਜਾਰੀ ਰਹਿ ਗਈ, ਲੇਕਿਨ ਬਾਕੀ ਦਵਾਈਆਂ ਨੂੰ ਬੁਲਾਉਣ ਦੀ ਇਜਾਜ਼ਤ ਦਿੱਤੀ ਗਈ। ਕੱਲ ਨੂੰ ਤੁਸੀਂ ਉਹ ਵੀ ਦੇ ਦਿਓ, ਕੋਈ ਗੱਲ ਨਹੀਂ ਹੈਗੀ। ਲੇਕਿਨ ਉਜ਼ਬੇਕਿਸਤਾਨ ਦਾ ਜਿਹੜਾ ਸਿਹਤ ਵਿਭਾਗ ਆ, ਉਹਨਾਂ ਨੇ ਉੱਥੇ ਇਹਨਾਂ ਨੂੰ ਕਿਹਾ ਵੀ ਜਿਹੜਾ ਸੀਰਪ ਸਾਡੇ ਕੋਲ ਹੈ ਉਹਦੇ ਰਸਾਇਣਿਕ ਪਦਾਰਥ ਜਿਹੇ ਪਾਏਗੇ ਜਿਹੜੀ ਮਨੁੱਖੀ ਵਰਤੋਂ ਦੇ ਕਾਬਲ ਨਹੀਂ ਹੈਗੇ, ਫਿਰ ਬੱਚਿਆਂ ਤੇ ਫਿਰ ਛੇਤੀ ਅਸਰ ਕਰਦੇ, ਬੱਚਿਆਂ ਦੇ ਮੌਤ ਦਾ ਕਾਰਨ ਬਣਨੇ ਬਣਨਾ ਸੀ। ਹੁੰਦਾ ਕਿਤੇ ਅਮਰੀਕਾ ਵਰਗਾ ਦੇਸ਼ ਜੇ ਉੱਥੇ ਬੱਚੇ ਮਰਦੇ ਤੇ ਹੁਣ ਨੂੰ ਉਹਨਾਂ ਨੇ ਹਨੇਰੀ ਲਿਆਉਂਦੀ ਸੀ ਇੰਡੀਆ ਦੇ ਖਿਲਾਫ, ਇੱਕ ਛੋਟਾ ਜਿਹਾ ਦੇਸ਼ ਜਿਹਦੀ ਇੰਨੀ ਪਹੁੰਚ ਨਹੀਂ, ਉਹ ਸਵਾਏ ਅਫਸੋਸ ਪ੍ਰਗਟ ਤੋਂ ਕੋਈ ਕੁਛ ਨਹੀਂ ਕਰ ਸਕਦਾ। ਬਿਲਕੁਲ, ਹੁਣ ਤੁਸੀਂ ਉਹਨੂੰ ਦੇ ਦਿੱਤਾ, ਜਿਹੜੇ ਹੁਣ ਸਾਡੇ ਜਿਹੜੇ ਲੋਕ ਨੇ ਉੱਥੇ ਜੋ ਕਹਿੰਦੇ ਜੀ ਇਹਦੇ ਉੱਤੇ ਮੁੜ ਵਿਚਾਰ ਕਰੋ, ਤੁਸੀਂ ਕਿਵੇਂ ਪਰਮਿਸ਼ਨ ਦੇ ਦਿੱਤੀ ਉਹਨੂੰ? ਤੁਸੀਂ ਕਹਿ ਦਿੱਤਾ ਜੀ ਸਿਰਪ ਨਹੀਂ ਬਣਾਉਗੀ, ਕੀ ਗਰੰਟੀ ਹੈ ਵੀ ਕੱਲ ਨੂੰ ਬਾਕੀ ਦਵਾਈਆਂ ਸਹੀ ਬਣਾਉਗੀ? ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦਵਾਈਆਂ ਸਪਲਾਈ ਕਰਨਾ ਦੇਸ਼ ਆ, ਤੇ ਇੰਨੇ ਇਹਨਾਂ ਕੋਲ ਜਿਹੜੇ ਹੈਗੇ ਆ ਡਰੱਗ ਇੰਸਪੈਕਟਰ ਨਹੀਂ ਹੈਗੇ, ਕੰਟਰੋਲਰ ਨਹੀਂ ਹੈਗੇ ਜਿਹੜੇ ਸਹੀ ਤਰੀਕੇ ਨਾਲ ਇਹਨਾਂ ਦੀ ਛਾਣਬੀਣ ਕਰ ਸਕਣ। ਜੇ ਉਹ ਛਾਣਬੀਣ ਨਹੀਂ ਕਰ ਸਕਦੇ ਤੇ ਫਿਰ ਇਹ ਕੰਮ ਗਲਤ ਹੁੰਦੇ ਹੀ ਰਹਿਣਗੇ। ਮਿਹਰਬਾਨੀ ਕਰਕੇ ਇਸ ਕੰਪਨੀ ਨੂੰ ਇਜਾਜ਼ਤ ਨਾ ਦਿਓ, ਇਹਦੇ ਤੇ ਕੀ ਗਰੰਟੀ, ਤੁਸੀਂ ਕੀ ਗਰੰਟੀ ਦਿੰਦੇ ਹੋ? ਤੁਹਾਨੂੰ ਕਾਹਦੀ ਗਰੰਟੀ ਦਿੱਤੀ ਉਹਨਾਂ ਨੇ ਵੀ ਅੱਗੇ ਤੁਸੀਂ ਇਹ ਗਲਤੀ ਨਹੀਂ ਕਰਾਂਗੇ? ਕਿਉਂ ਜਿਹੜੀ ਚੀਜ਼ ਜਿਹੜਾ ਪਦਾਰਥ ਉਹਦੇ ਚ 5 ਰੁਪਏ ਦਾ ਪੈਣਾ, ਇਹ 50 ਪੈਸੇ ਦਾ ਪਾ ਕੇ ਗੁਜ਼ਾਰਾ ਕਰ ਲੈਂਦੇ, ਪਾ ਦਿਓ ਕੁਝ। ਜੀ 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 ਜੀ,
दोस्तों टोरंटो के समय के मुताबिक यह शो एवरीडे पिछले 26 साल तो अप्रैल सब कुछ ठीक रहा तो 29 नूं 27 वरिया का हो जाना ये इसे ही चैनल ते CJMR 1320 मीटर बैंड ते इसे तरह चलता आ रहा। पट्टी साहब ने भी एक दिन गल कही कि 6 घंटे चलाने तुहाडे समकाली भी कहिंदे किवें चला रहा। मेरे जिहड़े बिजनेसमैन ने उन्हां दे पैसों च बड़ी बरकत आ। ते पिछले महीने मैं डिसाइड कर लिया सी कि अक्तूबर महीने दे विच आपां नोटिस दे देना। अक्तूबर महीना फिर चल गया, नवंबर भी चल जाना मैनूं लगदा, अगे दा पता कोई नहीं। इस करके उहदे उपर वाली दे उत्ते डोरियां ने, उहदे आसां ने, उहते ही सारा कुछ है। इह पट्टी साहब ने भी कहा कि किवें चलदा दस्सियोगी। जिहड़ा 1 घंटे का प्रोग्राम चलाउंदा ना टोरंटो दे विच इक रेडियो ते, साडे कोल 2 घंटे सवेरे ने 9 तों 11, जे कोई कहे कोई प्राइम टाइम आ ते प्राइम टाइम आओ, जे कोई कहे 8 तों 12 इह भी प्राइम टाइम आ। इस वक्त लखां लोक कम्मां छड्ड के जिहड़े ने 2:30 बजे तों बाद जा रहे ने घरां दे विच, इस वक्त आ टैलीफोन दी लाइन दे उत्ते सैकड़े लोक सुन रहे ने। रेडियो ते किन्ने सुन रहे ने, यूट्यूब ते किन्ने सुन रहे ने, IPTV बॉक्स ते किन्ने देख रहे ने, वी डोंट नो। 26 साल ते अप्रैल 29 नूं 27 साल हो जाने ने। बरकत है साडे जिहड़े बिजनेसमैन ने सानू प्यार करदे ने, जो एडवरटाइजमेंट दिंदे ने, ते तुहाडा धन्नवाद तुसीं इस नूं सुणदे आ रहे हो। सवेरे 9 तों 11 हुंदा है टोरंटो दे समें दे मुताबिक, रात नूं 8 तों 12 हुंदा है। सैटरडे 3 तों 5, 5 तों 6 रेडियो प्रोग्राम हम ओ वांजू जी अपना आजादाना करदे ने, ते संडे नूं 1 तों 4। ਇਹ 7 ਦਿਨ ਪ੍ਰੋਗਰਾਮ ਚੱਲਦਾ ਜਿਹਦੇ ਵਿੱਚ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਲੈਣੀ ਹੋਵੇ, ਮੇਰਾ ਨੰਬਰ ਹੈ 416-716-7794, ਅਰਸ਼ 416-303-1515, ਅੰਜੂ ਜੀ 416-520-3699। ਤੁਹਾਡਾ ਕੋਈ ਵਪਾਰ ਹੈ, ਤੁਸੀਂ ਐਡਵਰਟਾਈਜਮੈਂਟ ਕਰਨੀ ਹੋਵੇ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਖਰੀ ਕੁਐਸਚਨ ਹੈ ਪੱਟੀ ਸਾਹਿਬ, ਮਿੰਟ ਨੇ 4 ਤੁਹਾਡੇ ਕੋਲ, ਅਤੇ ਤੁਸੀਂ ਮੈਨੂੰ ਪਤਾ ਇਹਨਾਂ 4 ਮਿੰਟਾਂ 'ਚ ਪੂਰੀ ਡਿਟੇਲ 'ਚ ਖਬਰ ਦੀ ਸਾਰ ਤੱਕ ਜਾਓਗੇ। हाँ, लोकल नंबर दे दिए 647-367-1320। कनेडा दे विच किसी भी सूबे जाके सुन सकते हो, तो अमेरिका दे विच 641-741-1919। कांग्रेस नाल मिलके नहर दा सर्वेखन सफल बनाउणा चाहुंदे हन भगवंत मान। ई श्रोमणी अकाली दल दे ने चीमा साहब, ये भी मैं हो जे मैं इन्हां वास्ते वड्डी गल कहणी होवे ते अकाली दल दा अजकल ब्रेन ही इहे। देखो चीमा साहब जो सियासत आए सी ना, इन्हना एक आर्टिकल लिखिया सी गुरदासपुर बारे, अज तेरे शहर दे विच सुल्ताने सियासत आ रहा। ते सरदार प्रकाश सिंह बादल आए सी, ते उन्होंने वो आर्टिकल पढ़ के ते इन्हां नूं बुलाया सी, ते कंडे दे हथ फेरिया सी, डॉक्टर साहब आओ साडे नाल, उदों ते सियासत आ गई। डॉक्टर चीमा अच्छे बंदे, माड़े भी कम करना जानते हैं, गल भी करनी जानते हैं। आम तौर पर जिहड़ी कोई इन्हां दी वड्डी स्टेज होवे उत्थे स्टेट सैकटरी डॉक्टर चीमा ही होंदे। सरदार प्रकाश सिंह बादल दा जदों भोग पिया उदों भी डॉक्टर चीमा स्टेज सैकटरी। हुण डॉक्टर चीमा इह गल कहिंदे आ भी साडा ते कसूर ही कोई नहीं, कांग्रेस ते इह दोवें ही पंजाब विरोधी ने, असीं ते पंजाब दे हक च। क्यों जिहड़ी काम एक गल कही पऊगी, जिहड़ा अवार्ड होया सी 1976 च बकायदा तौर ते इंदिरा गांधी ने कीता सी, ओह उदों कीता सी जदों अकालियां नूं इह गल कही सी भाई तुसीं मोर्चा ना लाओ, आ लो कोरा कागज, अपनियां मंगां लिख के लाओ, मैं कोरे कागज ते साइन कर दिंदी आ। उहने कहा भाखड़ा भी ढाडा, चंडीगढ़ भी ढाडा, ਤੁਹਾਨੂੰ ਬਕਾਇਆ ਤਾਂ ਤੁਸੀਂ ਪੰਜਾਬ ਦਾ ਨਾਂ ਖਾਲਸਾ ਰੱਖਦਾ, ਰੱਖ ਲਓ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੈਂ ਤੁਹਾਡੀ ਸਾਰੀ ਗੱਲਾਂ ਮੰਨਦੀ। ਉਦੋਂ 8 ਮੈਂਬਰੀ ਕਮੇਟੀ ਸੀ, 7 ਮੈਂਬਰ ਪਾਸੇ ਵੀ ਆਪਾਂ ਮੰਨ ਜਾਈਏ, ਤੇ 1 ਮੈਂਬਰ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਨਾ 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 ਨਾ, ਸਾਡੇ ਗੁਰੂ ਦਾ ਸੰਕਲਪ ਨਹੀਂ ਹੈਗਾ। ਸਾਡਾ ਗੁਰੂ ਕਹਿੰਦਾ ਨਹੀਂ, ਜਿੱਥੇ ਜ਼ੁਲਮ ਹੋ ਰਿਹਾ ਉੱਥੇ ਆਪਾਂ ਡਟਣਾ ਹੀ ਡਟਣਾ। ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਸੀ। ਅਵਾਰਡ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਅਵਾਰਡ 1976 ਚ ਇੰਦਰਾ ਗਾਂਧੀ ਦੀ ਸਰਕਾਰ ਮਿਲਿਆ। ਹੁਣ ਅੱਗੇ ਚੱਲਦੇ, ਹੁਣ ਇਹ ਕਹਿੰਦੇ ਆ ਵੀ ਪਹਿਲਾ 1 ਕਰੋੜ ਰੁਪਇਆ ਬਕਾਇਦਾ ਤੌਰ ਤੇ ਗਿਆਨੀ ਜੈਲਸ ਨੇ ਲਿਆ 1970 ਵਿੱਚ, ਪ੍ਰਸ਼ਾਸਕੀ ਮਨਜ਼ੂਰੀ ਉਹਨੇ ਦਿੱਤੀ ਆ।
191.75 करोड़ रुपया आया सी, बाकी किने लाया सी गया? नहर दी नोटिफिकेशन किने कीता सी गया? वो ते काली सरकार वेले आया ना, वो गल नहीं कर रही आपा जी, वो नहीं कर रही आपा, तो सीधे चल जाने मुड़के 2016 ते आपा कहने नहीं जी वेखो ये नहर पूर्ति है जी, बड़ा कुछ बढ़िया करता है। टीमा साहब तुसी बहुत सियाने हो, जानते हो सब कुछ, पढ़े लिखे हो, डॉक्टर हो बेसिकली, वो डॉक्टर नहीं जिहड़े जाली डॉक्टर ने, डॉक्टर हो तुसी ते डॉक्टर दा काम हुंदा रोग लभना, ना कि रोग बधाउणा, तुसी रोग बधा रहे हो डॉक्टर होने के बावजूद। रोग नूं लभो, जिथे गलती ही है उत्थे कह दिओ गलती होई है। मैं अज भी कहना भगवंत मान भी साडा एक बेनती उन्हां नूं, मान साहब पिछले खिदो फरोन की कोई लोड़ नहीं, पानी च मधाणी पा के रिड़कण की कोई लोड़ नहीं, कुछ नहीं जे मिलना, सारिया पार्टियां बैठ के कह दो जी पिछे गलतियां माफ, आपां गांह इहदा हल की करना, फिर तो गल बन जू। तो जे आप दूषणबाजी करके अपना काम चलाना तो फिर तुहानूं पंजाब दे लोकां किसे नूं माफ नहीं करना। बिलकुल पट्टी साहब सही, पंजाब दे लोक सारे बारी बारी बदले लैंदे। बहुत धन्यवाद, समा अपना ओवर हो गया जी, धन्यवाद, भुला चुकां दी माफी, रब राखा, सत श्री अकाल। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।